ਗੋਡਿਆਂ ਦਾ ਤਾਂ ਚਲੋ ਇਲਾਜ ਕਰਦੇ ਕਰਦੇ ਇਸ ਤੋਂ ਇਲਾਵਾ ਜੀ ਸ਼ੂਗਰ ਦੀ ਗੱਲ ਕਰੀਏ ਸ਼ੂਗਰ ਬੜੀ ਆ ਲੋਕਾਂ ਨੂੰ ਹਾਂ ਸ਼ੂਗਰ ਦਾ ਇਲਾਜ ਕਰਦੇ ਹਾਂ ਜੀ ਅਸੀਂ ਜਿਵੇਂ ਸ਼ੂਗਰ ਦੇ ਪੇਸ਼ੈਂਟ ਆਉਂਦੇ ਨੇ ਉਹ ਕਹਿੰਦੇ ਵੀ ਸ਼ੂਗਰ ਹੋ ਗਈ ਕਈ ਡਾਕਟਰ ਕਹਿੰਦੇ ਸਾਨੂੰ ਪਰਹੇਜ਼ ਕਰ ਲਓ ਪਰਹੇਜ਼ ਵਗੈਰਾ ਰੱਖੋ ਫਿਰ ਠੀਕ ਹੋ ਜਾਂਦਾ ਦਵਾਈ ਦੇ ਅੰਦਰ ਤਾਂ ਖਾਣ ਜਦੋਂ ਅਸੀਂ ਦਿੰਦੇ ਹਾਂ ਦਵਾਈ ਉਦੋਂ ਕਰਦੇ ਹਾਂ ਵੀ ਪਰਹੇਜ਼ ਆਹ ਨਹੀਂ ਖਾਣਾ ਹੈਗਾ ਆਲੂ ਨਹੀਂ ਖਾਣੇ ਚੌਲ ਨਹੀਂ ਖਾਣੇ ਕਣਕ ਦੀ ਰੋਟੀ ਨਹੀਂ ਖਾਣੀ ਠੀਕ ਆ ਜੀ ਅਤੇ ਉਸ ਤੋਂ ਬਾਅਦ ਜਦੋਂ ਠੀਕ ਹੋ ਗਿਆ ਨੋਰਮਲ 'ਤੇ ਆ ਗਿਆ ਫਿਰ ਜੋ ਮਰਜ਼ੀ ਖਾ ਜਾਂਦਾ ਰਿਜ਼ਲਟ ਤਾਂ 15 ਦਿਨ 'ਚ ਹੀ ਮਿਲ ਜਾਂਦਾ ਜੀ 15 ਦਿਨ ਸ਼ੂਗਰ ਹਾਂਜੀ ਹਾਂਜੀ ਪੱਕਾ ਜੀ ਉਹਦਾ ਤਾਂ ਪਹਿਲੇ ਦਿਨ ਹੀ ਫਰਕ ਦੇਖਣ ਨੂੰ ਮਿਲੂਗਾ ਇੱਥੇ ਨਾ ਪਤਾ ਨਹੀਂ ਜੀ ਵਾਹਿਗੁਰੂ ਪਾਉਂਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਜੀ ਮੈਂ ਤਾਂ ਮੈਂ ਡਰ ਜਾਂਦਾ ਵੀ ਮੈਂ ਇਹਨੂੰ ਕਰੂੰ ਕੀ ਠੀਕ ਕਿਵੇਂ ਕਰੂੰਗਾ ਮਤਲਬ ਕਿੱਥੋਂ ਆਏ ਹੋ ਤੁਸੀਂ ਅਸੀਂ ਬਾਹਰੋਂ ਕੈਨੇਡਾ 'ਚੋਂ ਆਈ ਹਾਂ ਆਪਾਂ ਵੀਡੀਓ ਹੀ ਦੇਖੀ ਸੀ ਉਹਦੇ ਤੋਂ ਮੇਰੇ ਪੇਨ ਸੀ ਸਾਰੇ ਸੀ ਸਾਰੀਆਂ ਦਵਾਈਆਂ ਖਾ ਲਈਆਂ ਜਿੱਦਾਂ ਕੋਈ ਆਰਾਮ ਨਹੀਂ ਆਇਆ ਤਾਂ ਲਾਸਟ ਟਾਈਮ 'ਤੇ ਇੱਥੇ ਆਏ ਹਾਂ ਠੀਕ ਹੋ ਹੁਣ ਹਾਂਜੀ ਅੱਛਾ ਪਹਿਲਾਂ ਵੀ ਕਦੋਂ ਦਵਾਈਆਂ ਖਾ ਕੇ ਦੇਖੀ ਬਹੁਤ ਖਾ ਲਈਆਂ ਦਵਾਈਆਂ ਨਹੀਂ ਹਾਂ ਇੱਥੋਂ ਲੱਗਦਾ ਬੈਟਰ ਆ ਪਰ ਆਖਰ ਹੱਲ ਵੈਦ ਦਰਸ਼ਨ ਸਿੰਘ ਹੋਣਾ ਹਾਂਜੀ 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 ਪਹਿਲੀ ਵਾਰੀ ਦੇ ਵਿੱਚ ਠੀਕ ਹੋਏ ਨੇ ਮੈਡਮ ਹੁਣ ਕੈਨੇਡਾ ਤੋਂ ਆਏ ਨੇ ਵੈਸਾ ਪਹਿਲੀ ਵਾਰ 'ਚ ਠੀਕ ਕਰਤਾ ਕਹਿ ਦੀਏ ਹੈ ਨਾ ਪਤਾ ਨਹੀਂ ਵਾਹਿਗੁਰੂ ਕਰਦਾ ਜੀ ਮੈਂ ਤਾਂ ਕੁਛ ਨਹੀਂ ਕਰਦਾ ਆਪਣੇ ਠੀਕ ਹੋ ਹੁਣ ਤੁਸੀਂ ਹਾਂ ਬਹੁਤ ਫਰਕ ਆ ਮੈਨੂੰ ਤਾਂ ਪਹਿਲਾਂ ਨਾਲੋਂ ਪਹਿਲਾਂ ਵੀ ਕਿਤੇ ਜਾ ਦੇਖ ਲਿਆ ਮੈਂ ਤਾਂ ਥੱਕ ਗਈ ਹਿਸਾਰ ਲੁਧਿਆਣਾ 10-12 ਸਾਲ ਹੋ ਗਏ ਪਰ ਆਖਰ ਹੱਲ ਕਿੱਥੇ ਮਿਲਿਆ ਵੈ ਦਰਸ਼ਨ ਸਿੰਘ ਤਾਂ ਮੈਂ ਰੋ ਰਹੀ ਸੀ ਵੀ ਮੈਂ ਜਾਣਾ ਹੀ ਨਹੀਂ ਪਰ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਆਰਾਮ ਆਇਆ ਠੀਕ ਹੋ ਹੁਣੇ ਫਿਰ ਹਾਂ ਠੀਕ ਹਾਂ ਜੀ ਪਹਿਲਾਂ ਵੀ ਗਏ ਹੋ ਕਿਤੇ ਪਹਿਲਾਂ ਅਸੀਂ ਨਹੀਂ ਗਏ ਜੀ ਮੈਂ ਮਹੀਨੇ ਤੋਂ ਮੇਰੇ ਗੋਡੇ ਜੇ ਰੁਕ ਗਏ ਸਨ ਉਹਦੇ ਕਰਕੇ ਫਿਰ ਪਹਿਲੀ ਵਾਰੀ ਅਸੀਂ ਇੱਥੇ ਆਏ ਹਾਂ ਹੁਣ ਫਰਕ ਲੱਗਦਾ ਮੈਨੂੰ ਦੂਜੀ ਵਾਰ ਆਏ ਹੋ ਤੇ ਠੀਕ ਹੋ ਹੁਣ ਹਾਂਜੀ ਪਹਿਲਾਂ ਵੀ ਘੁੰਮੇ ਹੋਣੇ ਕਿਤੇ ਨਹੀਂ ਪਹਿਲਾਂ ਮੈਡੀਸਨ ਨਹੀਂ ਲਈ ਕਿਤੇ ਵੀ ਨਹੀਂ ਲਈ ਨਹੀਂ ਨਹੀਂ ਕਦੇ ਅੱਛਾ ਇੱਥੇ ਆ ਕੇ ਫਰਕ ਪੈ ਗਿਆ ਇੱਥੇ ਹੀ ਫਰਕ ਪੈ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਅੱਜ ਫਿਰ ਤੁਹਾਡੀ ਸਿਹਤ ਦੇ ਨਾਲ ਜੁੜੀ ਇੱਕ ਖਾਸ ਵੀਡੀਓ ਲੈ ਕੇ ਆਏ ਹਾਂ ਅੱਜ ਪਹੁੰਚੇ ਹਾਂ ਵੈਦ ਦਰਸ਼ਨ ਸਿੰਘ ਹੋਣਾ ਦੇ ਕੋਲ ਪਿੰਡ ਭੂੰਦੜੀ ਜਿੱਥੇ ਕਹਿ ਦੀ ਵੀ ਰੋਜ਼ ਸੈਂਕੜੇ ਹੀ ਪੇਸ਼ੈਂਟ ਠੀਕ ਹੋ ਕੇ ਜਾਂਦੇ ਨੇ ਹਰ ਇੱਕ ਸਮੱਸਿਆ ਦਾ ਹੱਲ ਆ ਜਿਹੜਾ ਵੈਦ ਦਰਸ਼ਨ ਸਿੰਘ ਹੋਣਾ ਦੇ ਵੱਲੋਂ ਦਿੱਤਾ ਜਾਂਦਾ ਇਸ ਗੱਲਬਾਤ ਵੀ ਕਰਾਂਗੇ ਕਿੱਥੋਂ ਕਿੱਥੋਂ ਪੇਸ਼ੈਂਟ ਜਿਹੜੇ ਦੂਰੋਂ ਦੂਰੋਂ ਪੇਸ਼ੈਂਟ ਇੱਥੇ ਪਹੁੰਚ ਰਹੇ ਨੇ ਅਤੇ ਗੱਲਬਾਤ ਕਰਦੇ ਮਤਲਬ ਕਿੱਥੋਂ ਆਏ ਹੋ ਤੁਸੀਂ ਅਸੀਂ ਬਾਹਰੋਂ ਕੈਨੇਡਾ 'ਚੋਂ ਆਈ ਹਾਂ ਆਪਾਂ ਵੀਡੀਓ ਹੀ ਦੇਖੀ ਸੀ ਉਹਦੇ ਤੋਂ ਮੇਰੇ ਪੇਨ ਸੀ ਸਾਰੇ ਸੀ ਸਾਰੀਆਂ ਦਵਾਈਆਂ ਖਾ ਲਈਆਂ ਜਿੱਦਾਂ ਕੋਈ ਆਰਾਮ ਨਹੀਂ ਆਇਆ ਤਾਂ ਲਾਸਟ ਟਾਈਮ 'ਤੇ ਇੱਥੇ ਆਏ ਹਾਂ ਠੀਕ ਹੋ ਹੁਣ ਹਾਂਜੀ ਬੈਟਰ ਆ ਅੱਛਾ ਪਹਿਲਾਂ ਵੀ ਕਦੋਂ ਦਵਾਈਆਂ ਖਾ ਕੇ ਦੇਖੀ ਬਹੁਤ ਖਾ ਲਈਆਂ ਦਵਾਈਆਂ ਨਹੀਂ ਹਾਂ ਇੱਥੋਂ ਲੱਗਦਾ ਬੈਟਰ ਆ ਪਰ ਆਖਰ ਹੱਲ ਵੈਦ ਦਰਸ਼ਨ ਸਿੰਘ ਹਾਂਜੀ 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 ਉਹ ਦੇਖ ਕੇ ਹਾਂਜੀ ਤੁਸੀਂ ਅੱਗੇ ਵੀ ਦੱਸੋਗੇ ਨਾ ਇਹ ਚੀਜ਼ਾਂ ਦੱਸਾਂਗੇ ਜ਼ਰੂਰ ਸਾਰਿਆਂ ਨੂੰ ਦੱਸਾਂਗੇ ਸਾਡਾ ਫਾਇਦਾ ਹੋਇਆ ਸਾਰਿਆਂ ਨੂੰ ਦੱਸਾਂਗੇ ਹਾਂਜੀ ਅੱਛਾ ਕਿੰਨੀ ਵਾਰ ਆਏ ਹੋ ਇੱਥੇ ਮੈਂ ਪਹਿਲੀ ਵਾਰੀ ਆਈ ਹਾਂ ਅੱਛਾ ਪਹਿਲੀ ਵਾਰ ਕਿ ਠੀਕ ਪਹਿਲੀ ਵਾਰੀ ਮੈਨੂੰ ਪਹਿਲੀ ਵਾਰੀ ਬੈਟਰ ਲੱਗਦਾ ਹਾਂ ਗੱਲ ਕਰਕੇ ਇੰਨਾ ਵਧੀਆ ਲੱਗਦਾ ਉਹਨਾਂ ਨਾਲ ਹਾਂ ਠੀਕ ਮੈਂ ਕਹਿੰਦਾ ਪਹਿਲੀ ਵਾਰੀ ਦੇ ਵਿੱਚ ਠੀਕ ਹੋਏ ਨੇ ਮੈਂ ਹੁਣ ਕੈਨੇਡਾ ਤੋਂ ਆਏ ਨੇ ਵੈਸਾ ਪਹਿਲੀ ਵਾਰ 'ਚ ਠੀਕ ਕਰਤਾ ਕਿਵੇਂ ਕਹਿ ਦੀਏ ਹੈ ਪਤਾ ਨਹੀਂ ਵਾਹਿਗੁਰੂ ਕਰਦਾ ਜੀ ਮੈਂ ਤਾਂ ਕੁਛ ਨਹੀਂ ਕਰਦਾ ਜੀ ਸੋ ਦੇਖ ਸਕਦੇ ਹੋ ਪੇਸ਼ੈਂਟ ਇੱਥੇ ਸਾਹਮਣੇ ਬੈਠੇ ਨੇਗੇ ਹਰ ਇੱਕ ਅੰਕਲ ਜੀ ਤੁਸੀਂ ਕਿੱਥੋਂ ਆਏ ਹੋ ਨਰਵਾਣੇ ਤੋਂ ਹਰਿਆਣੇ 'ਚੋਂ ਆਏ ਜੀ ਆ ਤੁਹਾਡੇ ਸਾਹਮਣੇ ਠੀਕ ਹੋਏ ਨੇ ਪੇਸ਼ੈਂਟ ਹਾਂਜੀ ਹਾਂਜੀ ਪਹਿਲੀ ਵਾਰ 'ਚ ਹੀ ਆਏ ਨੇ ਨਾ ਹਾਂਜੀ ਹਾਂਜੀ ਅਸੀਂ ਪਹਿਲੀ ਵਾਰ ਹੀ ਆਏ ਹਾਂਜੀ ਤੁਹਾਡਾ ਵੀ ਹੱਲ ਹੋ ਗਿਆ ਹਾਂ ਸਾਡਾ ਵੀ ਹੱਲ ਹੋ ਗਿਆ ਇਹਨਾਂ ਦੇ ਆਪਣਾ ਦੇਖੋ ਆਪਣੇ ਠੀਕ ਹੋ ਹੁਣ ਤੁਸੀਂ ਹਾਂ ਬਹੁਤ ਫਰਕ ਆ ਮੈਨੂੰ ਤਾਂ ਪਹਿਲਾਂ ਨਾਲੋਂ ਪਹਿਲਾਂ ਵੀ ਕਿਤੇ ਜਾ ਦੇਖ ਲਿਆ ਮੈਂ ਤਾਂ ਥੱਕ ਗਈ ਹਿਸਾਰ ਲੁਧਿਆਣਾ 10-12 ਸਾਲ ਹੋ ਗਏ ਪਰ ਆਖਰ ਹੱਲ ਕਿੱਥੇ ਮਿਲਿਆ ਦਰਸ਼ਨ ਸਿੰਘ ਤਾਂ ਮੈਂ ਰੋ ਰਹੀ ਸੀ ਵੀ ਮੈਂ ਜਾਣਾ ਹੀ ਨਹੀਂ ਪਰ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਆਰਾਮ ਆਇਆ ਹਾਂ ਬਹੁਤ ਫਰਕ ਆ ਠੀਕ ਹੋ ਹੁਣ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸੋ ਆਪਣੇ ਜਿਹੜਾ ਤੁਸੀਂ ਮੂੰਹ ਤੋਂ ਜਵਾਨੀ ਸੁਣ ਰਹੇ ਹੋ ਵੀ ਕਿਸ ਤਰ੍ਹਾਂ ਪੇਸ਼ੈਂਟ ਬੋਲ ਰਹੇ ਨੇ ਤੁਸੀਂ ਭੈਣੇ ਕਿੱਥੋਂ ਆਏ ਹੋ ਅਸੀਂ ਪਾਤਨਾ ਤੋਂ ਦਗਾਲ ਪਿੰਡ ਦਗਾਲ ਪਿੰਡ ਅੱਛਾ ਪਹਿਲੀ ਵਾਰ ਆਏ ਹੋ ਹਾਂਜੀ ਪਹਿਲੀ ਵਾਰ ਆਏ ਹੁਣ ਕਿਵੇਂ ਲੱਗ ਰਿਹਾ ਤੁਸੀਂ ਹਾਂਜੀ ਹੁਣ ਠੀਕ ਲੱਗ ਰਿਹਾ ਅੱਛਾ ਪਹਿਲਾਂ ਵੀ ਕਿਤੇ ਜੇ ਘੁੰਮੇ ਹੋ ਬਹੁਤ ਜੀ ਲੱਤ ਬਹੁਤ ਦਰਦ ਕਰਦੀ ਸੀ ਜੀ ਅਤੇ ਹੁਣ ਕੁਛ ਆਰਾਮ ਹੈ ਹੁਣ ਠੀਕ ਹੋ ਫਿਰ ਹਾਂਜੀ ਹਾਂਜੀ ਸੋ ਖੁਦ ਦੇਖ ਸਕਦੇ ਹੋ ਵੀ ਪੇਸ਼ੈਂਟ ਦੀ ਜਵਾਨੀ ਜਿਹੜਾ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਕਿੱਥੋਂ ਆਏ ਭੁਜੀ ਅਸੀਂ ਪਾਤਰਾਂ ਤੋਂ ਜੀ ਅੱਛਾ ਕੀ ਠੀਕ ਹੋ ਹੁਣ ਫਿਰ ਹਾਂ ਠੀਕ ਹਾਂ ਜੀ ਅੱਛਾ ਪਹਿਲਾਂ ਵੀ ਗਏ ਹੋ ਕਿਤੇ ਪਹਿਲਾਂ ਅਸੀਂ ਨਹੀਂ ਗਏ ਜੀ ਮੈਂ ਮਹੀਨੇ ਤੋਂ ਮੇਰੇ ਗੋਡੇ ਜੇ ਰੁਕ ਗਏ ਸਨ ਜੀ ਉਹਦੇ ਕਰਕੇ ਫਿਰ ਪਹਿਲੀ ਵਾਰੀ ਅਸੀਂ ਇੱਥੇ ਆਏ ਹਾਂ
ਹੁਣ ਫਰਕ ਲੱਗਦਾ ਮੈਨੂੰ ਜੀ। ਅੱਛਾ ਸਾਹਮਣੇ ਹੀ ਠੀਕ ਕਰਕੇ ਭੇਜਦੇ ਨੇ? ਹਾਂਜੀ ਸਾਹਮਣੇ, ਹੁਣ ਮੈਂ ਤੁਰ ਕੇ ਵਿਖਾ ਦਿੰਦਾ ਤੁਹਾਨੂੰ। ਪਹਿਲਾਂ ਜਦੋਂ ਮੈਂ ਗੱਡੀ 'ਚ ਉਤਰਿਆ ਉਦੋਂ ਕੋਈ ਠੀਕ ਨਹੀਂ ਸੀ, ਹੁਣ ਗੱਡੀ 'ਚ ਬਹਿ ਜਾਵਾਂ ਭੱਜ ਕੇ ਜਾ ਕੇ। ਹੁਣ ਬਿਲਕੁਲ ਤੁਰ ਕੇ ਜਾਵਾਂਗੇ? ਹਾਂ ਤੁਰ ਕੇ ਜਾਵਾਂਗੇ। ਹੁਣ ਕੋਈ ਮਤਲਬ ਦਰਦ? ਹਾਂ ਦਰਦ ਕੋ ਨਹੀਂ ਜੀ, ਕੁਛ ਵੀ ਨਹੀਂ ਨਾ। ਸੋ ਅਸੀਂ ਤੁਹਾਡੇ ਤੋਂ ਖੁਦ ਤਾਂ ਨਹੀਂ ਕਹਾ ਰਹੇ ਗੱਲਾਂ ਕੋਈ? ਨਹੀਂ ਨਹੀਂ, ਖੁਦ ਕਿਉਂ ਕਵਾ ਰਹੇ ਹੋ, ਉਹ ਤਾਂ ਪਿੰਡ ਵਾਲੇ ਵੇਖ ਲੈਣਗੇ ਜਾ ਕੇ ਉੱਥੇ। ਬਿਲਕੁਲ ਬਿਲਕੁਲ ਦੋਸਤੋ, ਖੁਦ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਹੜੇ ਪੇਸ਼ੈਂਟ ਇੱਥੇ ਪਹੁੰਚੇ ਹੋਏ ਨੇ ਠੀਕ ਹੋ ਕੇ ਜਾ ਰਹੇ ਨੇਗੇ, ਅਤੇ ਬਿਲਕੁਲ ਪਹਿਲੇ ਦਿਨ ਹੀ ਅਤੇ ਪਹਿਲੀ ਵਾਰ ਦੇ ਵਿੱਚ ਠੀਕ ਕਰਕੇ ਭੇਜਦੇ ਨੇ। ਦਰਸ਼ਨ ਵੈਦ ਹੁਣ ਭੂੰਜੜੀ ਤੋਂ ਗੱਲਬਾਤ ਆਪਣੇ ਠੀਕ ਹੋ? ਹਾਂਜੀ ਫਰੀਦਕੋਟ ਤੋਂ ਆਏ ਹਾਂ, ਸੈਕਿੰਡ ਟਾਈਮ ਆਏ ਹਾਂ, ਅੱਗੇ ਨਾਲੋਂ ਕਾਫੀ ਫਰਕ। ਦੂਜੀ ਵਾਰ ਆਏ ਹੋ ਤੇ ਠੀਕ ਹੋ? ਹਾਂਜੀ। ਪਹਿਲਾਂ ਵੀ ਘੁੰਮੇ ਹੋਣੇ ਕਦੇ? ਨਹੀਂ ਪਹਿਲਾਂ ਮੈਡੀਸਨ ਨਹੀਂ ਲਈ, ਕਦੇ ਵੀ ਨਹੀਂ ਲਈ? ਨਹੀਂ ਕਦੇ। ਅੱਛਾ, ਇੱਥੇ ਆ ਕੀ ਫਰਕ ਪੈ ਗਿਆ? ਇੱਥੇ ਹੀ ਫਰਕ ਪੈ ਗਿਆ ਜ਼ਰੂਰ, ਦੇਖ ਸਕਦੇ ਹੋ ਜਿਹੜਾ ਪੇਸ਼ੈਂਟ ਦੀ ਜਵਾਨੀ ਖੁਦ ਇਹ ਚੀਜ਼ਾਂ। ਮੈਂ ਸਭ ਆ ਜਾਓ ਇੱਕ ਵਾਰ ਇੱਧਰ, ਹੁਣ ਗੱਲਬਾਤ ਕਰਨੀ ਆ ਤੁਹਾਡੇ ਨਾਲ। ਮੈਂ ਸਭ ਆ ਖੁਦ ਮੈਂ ਕਹਿੰਦਾ ਪੇਸ਼ੈਂਟ ਆਪਣੀ ਜਵਾਨੀ ਬੋਲ ਰਹੇ ਨੇ ਵੀ ਸਾਰੇ ਪਹਿਲੀ ਵਾਰ ਦੇ ਵਿੱਚ ਵੀ ਠੀਕ ਹੋਇਆ, ਅੱਜ ਦੂਜੀ ਵਾਰ ਵੀ ਆਏ ਨੇ ਕਈ। ਇਸ ਤਰ੍ਹਾਂ ਆ ਜੀ, ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿਵੇਂ ਠੀਕ ਹੋ ਜਾਂਦੇ ਆ। ਵਾਹਿਗੁਰੂ ਦੀ ਕਿਰਪਾ। ਰੋਜ਼ ਕਿੰਨੇ ਕੁ ਪੇਸ਼ੈਂਟ ਇੱਥੋਂ ਠੀਕ ਕਰਕੇ ਭੇਜਦੇ ਹੋ? ਤਕਰੀਬਨ ਘੱਟੋ ਘੱਟ 30-40 ਤਕਰੀਬਨ ਮੈਂ ਹਜੇ ਸਟਾਰਟ ਹੀ ਕੀਤੀ ਹੈ, ਤਕਰੀਬਨ 40-50 ਦੇ ਲੱਗ ਸਕੇ ਠੀਕ। ਜਿਵੇਂ ਸ਼ੂਗਰ ਦੇ ਪੇਸ਼ੈਂਟ ਆਉਂਦੇ ਨੇ ਉਹ ਕਹਿੰਦੇ ਵੀ ਸ਼ੂਗਰ ਹੋ ਗਈ, ਕਈ ਡਾਕਟਰ ਕਹਿੰਦੇ ਸਾਨੂੰ ਪਰਹੇਜ਼ ਕਰ ਲਓ, ਪਰਹੇਜ਼ ਵਗੈਰਾ ਰੱਖੋ? ਪਰਹੇਜ਼ ਤਾਂ ਦਵਾਈ ਦੇ ਅੰਦਰ ਤਾਂ ਖਾਣ, ਜਦੋਂ ਅਸੀਂ ਦਿੰਦੇ ਹਾਂ ਦਵਾਈ ਉਦੋਂ ਕਰਦੇ ਹਾਂ ਵੀ ਪਰਹੇਜ਼, ਆਹ ਨਹੀਂ ਖਾਣਾ ਹੈਗਾ, ਆਲੂ ਨਹੀਂ ਖਾਣੇ, ਚੌਲ ਨਹੀਂ ਖਾਣੇ, ਕਣਕ ਦੀ ਰੋਟੀ ਨਹੀਂ ਖਾਣੀ, ਠੀਕ ਆ ਜੀ। ਅਤੇ ਉਸ ਤੋਂ ਬਾਅਦ ਜਦੋਂ ਠੀਕ ਹੋ ਗਿਆ ਨੋਰਮਲ 'ਤੇ ਆ ਗਿਆ, ਫਿਰ ਜੋ ਮਰਜ਼ੀ ਖਾਈ ਚੱਲੋ, ਜੋ ਮਰਜ਼ੀ ਖਾਈ ਜਾਓ। ਹਾਂਜੀ। ਕਿੰਨੇ ਕੁ ਦਿਨਾਂ ਦੇ ਵਿੱਚ ਸ਼ੂਗਰ ਰਿਜ਼ਲਟ ਮਿਲਦਾ? ਇਹ ਤਾਂ ਸ਼ੂਗਰ ਦੇ ਹਿਸਾਬ ਦੇ ਨਾਲ ਚੱਲਣਾ ਨਾ ਵੀ ਆਪਾਂ ਸ਼ੂਗਰ ਕਰਨਾ ਕਿੰਨੀ ਦੇਰ ਤੋਂ ਆ, ਠੀਕ ਆ ਜੀ। ਅਤੇ ਤੁਸੀਂ ਆਪਣੇ ਕਹਿੰਦੇ ਹੋ ਵੀ ਤਲ ਕਿੰਨਾ ਕਹਿੰਦੇ ਹੋ ਵੀ ਇੰਨੇ ਦਿਨਾਂ 'ਚ ਤੁਹਾਨੂੰ ਰਿਜ਼ਲਟ ਦੇ ਦਾਂਗੇ? ਰਿਜ਼ਲਟ ਤਾਂ 15 ਦਿਨ 'ਚ ਮਿਲ ਜਾਂਦਾ ਜੀ। 15 ਦਿਨ ਸ਼ੂਗਰ ਦਾ? ਹਾਂਜੀ ਹਾਂਜੀ ਪੱਕਾ ਜੀ। ਜੀ ਜਦੋਂ ਪੇਸ਼ੈਂਟ ਠੀਕ ਹੁੰਦਾ ਕੀ ਕਹਿ ਕੇ ਜਾਂਦਾ ਉਹ? ਮਹੀਨੇ ਵਿੱਚ 1-25 ਯੂਨਿਟ ਲੱਗਦੀ ਸੀਗੀ ਇੰਸੂਲਿਨ, ਜੀ 8 ਗੋਲੀਆਂ ਖਾਂਦਾ ਸੀ ਉਹ ਜੁਰ ਦੀਆਂ ਆਪਣੀਆਂ ਦੀਆਂ ਸ਼ੂਗਰ ਦੀਆਂ, ਜੀ। ਅਤੇ ਮਹੀਨੇ ਵਿੱਚ ਤਕਰੀਬਨ 10 ਯੂਨਿਟ 'ਤੇ ਆ ਗਿਆ ਉਹ, ਅਤੇ 1 ਗੋਲੀ 'ਤੇ ਆ ਗਿਆ, ਅਤੇ ਅਗਲੇ ਮਹੀਨੇ ਨੂੰ ਉਹ ਮੁੱਲ ਉਹਦਾ ਜੀ ਸ਼ਾਇਦ ਇੰਸੂਲਿਨ ਉਹਦੀ ਖਤਮ ਹੋ ਜੂਗੀ। ਅੱਛਾ, ਪੇਸ਼ੈਂਟ ਕਿੱਥੋਂ ਕਿੱਥੋਂ ਪਹੁੰਚਦੇ ਨੇ, ਬੜੀ ਦੂਰੋਂ ਦੂਰੋਂ ਆਉਂਦੇ ਨੇ ਕਹਿੰਦੇ? ਇਹ ਤਾਂ ਇਹ ਪਤਾ ਨਹੀਂ, ਕੋਈ ਗੰਗਾਨਗਰ ਤੋਂ ਆ ਜਾਂਦਾ, ਕੋਈ ਫਰੀਦਕੋਟ ਤੋਂ ਆ ਜਾਂਦਾ, ਕੋਈ ਹਰਿਆਣੇ ਬੈਠੇ ਆ, ਅਤੇ ਕੋਈ ਆਪਣੇ ਦਿੱਲੀ ਤੋਂ ਆ ਜਾਂਦਾ, ਕੋਈ ਕੈਂਥਲ ਤੋਂ ਹਰਿਆਣੇ ਤੋਂ ਆ ਜਾਂਦਾ, ਅਤੇ ਕੋਈ ਮੁਕਤਸਰ ਤੋਂ ਆ ਜਾਂਦਾ, ਅਤੇ ਮਰੀਜ਼ ਬਹੁਤ ਦੂਰ ਦੂਰੋਂ ਆਉਂਦੇ ਆ। ਪਹਿਲੇ ਦਿਨ ਹੀ ਫਰਕ ਦੇਖਣ ਨੂੰ ਮਿਲੂਗਾ ਇੱਥੇ? ਪਤਾ ਨਹੀਂ ਜੀ, ਵਾਹਿਗੁਰੂ ਪਾਉਂਦਾ ਜੀ, ਮੈਨੂੰ ਤਾਂ ਪਤਾ ਹੀ ਨਹੀਂ ਹੈ ਜੀ। ਮੈਂ ਤਾਂ ਮੈਂ ਡਰ ਜਾਂਦਾ ਵੀ ਮੈਨੂੰ ਕਰੂੰ ਕੀ, ਠੀਕ ਕਿਵੇਂ ਕਰੂੰਗਾ। ਉਹ ਕੱਲ੍ਹ ਪਰਸੋਂ ਕਿੱਥੇ ਲਿਆਂਦਾ, ਮਲੇਰਕੋਟਲੇ ਤੋਂ ਆਇਆ ਪੇਸ਼ੈਂਟ, ਕੀ ਨਾਂ ਸੀ ਉਹਦਾ, ਅਬਦੁਲ ਪਤਾ ਨਹੀਂ ਕੀ ਨਾਂ ਸੀ ਉਹਦਾ ਹੈਜਾ, ਅਤੇ ਉਹ ਬਹਾਇਆ, ਕੁਰਛ ਚੱਕ ਕੇ ਬਹਾਤਾ ਉਹਨਾਂ ਨੇ, ਅਤੇ ਉਹ ਮੈਂ ਤਾਂ ਘਬਰਾ ਗਿਆ ਵੀ ਮੈਂ ਇਹਨੂੰ ਕਿਵੇਂ ਠੀਕ ਕਰੂੰਗਾ। ਉਹ ਪਤਾ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ 75% ਉਸ ਟਾਈਮ ਹੀ ਠੀਕ ਹੋ ਗਿਆ ਸੀ। ਅੱਛਾ, ਫਿਰ ਇੱਥੇ ਕੋਈ ਐਕਸਰੇ ਓਪਰੇਸ਼ਨ ਕੱਟ ਵਗੈਰਾ ਵੀ ਲਾਉਂਦੇ ਹੋ? ਨਾ ਜੀ, ਨਾ ਕੋਈ ਐਕਸਰੇ ਨਹੀਂ, ਕੋਈ ਓਪਰੇਸ਼ਨ ਨਹੀਂ ਹੈ, ਕੋਈ ਚੀਰ ਫਾੜ ਨਹੀਂ ਹੈ, ਕੁਛ ਨਹੀਂ ਹੈ ਜੀ। ਹਾਂਜੀ, ਪਰ ਇਲਾਜ ਕਰਕੇ ਭੇਜਦੇ? ਇਲਾਜ ਵਾਹਿਗੁਰੂ ਕਰਦਾ ਜੀ, ਮੈਨੂੰ ਨਹੀਂ ਪਤਾਗਾ ਜੀ, ਮੈਨੂੰ ਕੋਈ ਪਤਾ ਹੀ ਨਹੀਂ ਲੱਗਦਾ ਮੈਂ ਕਿਵੇਂ ਹੋ ਜਾਂਦਾ। ਅੱਛਾ, ਪੇਸ਼ੈਂਟ ਨੇ ਜੇ ਜਿਹੜੇ ਦਰਸ਼ਕ ਦੇਖ ਰਹੇ ਨੇ ਆਉਣਾ ਹੋਵੇ ਉਹ ਕਿਵੇਂ ਕਾਲ ਕਰਕੇ ਆਉਣ ਫਿਰ ਤੁਹਾਨੂੰ? ਹਾਂਜੀ, ਉਹ ਪਹਿਲਾਂ ਕਾਲ ਕਰਨ ਅਤੇ ਉਸ ਤੋਂ ਬਾਅਦ ਫਿਰ ਆਉਣਾ ਜੀ। ਹਾਂਜੀ, ਸੋ ਆਉਣਾ ਕਿੱਥੇ ਇੱਕ ਵਾਰੀ ਦੱਸ ਦਈਏ? ਹਾਂਜੀ ਹਾਂਜੀ, ਪਿੰਡ ਭੂੰਦੜੀ ਤਹਿਸੀਲ ਚ ਗਰਾਊਂਡ, ਡਿਸਟ੍ਰਿਕਟ ਲੁਧਿਆਣਾ, ਵੈਦ ਦਰਸ਼ਨ ਸਿੰਘ, ਗੁਰੂ ਨਾਨਕ ਆਯੁਰਵੈਦਿਕ ਦਵਾਖਾਨਾ, ਪਿੰਡ ਭੂੰਦੜੀ, ਨੇੜੇ ਹੈਗਾ ਆਪਣਾ ਜੁਕੋ ਬੈਂਕ ਭੂੰਦੜੀ। ਧੰਨਵਾਦ ਮੈਂ ਸਭ ਗੱਲਬਾਤ ਕਰਨ ਲਈ। ਸੋ ਇਹ ਸਨ ਵੈਦ ਦਰਸ਼ਨ ਸਿੰਘ ਭੂੰਦੜੀ ਤੋਂ। ਸੋ ਦੋਸਤੋ ਦੱਸਦੇ ਵੀ ਰੋਜ਼ ਇੱਥੋਂ ਸੈਂਕੜੀ ਪੇਸ਼ੈਂਟ ਜਿਹੜੇ ਠੀਕ ਹੋ ਕੇ ਜਾਂਦੇ ਨੇ, ਕੋਈ ਵੀ ਸਮੱਸਿਆ ਹੋਵੇ ਹਰ ਇੱਕ ਸਮੱਸਿਆ ਦਾ ਹੱਲ ਆ ਜਿਹੜਾ ਵੈਦ ਦਰਸ਼ਨ ਸਿੰਘ ਉਹਨਾਂ ਦੇ ਕੋਲ ਮਿਲੂਗਾ। ਸੋ ਜੇਕਰ ਤੁਹਾਨੂੰ ਵੀ ਕੋਈ ਸਮੱਸਿਆ ਤਾਂ ਇੱਕ ਵਾਰੀ ਵੈਦ ਸਾਹਿਬ ਨੂੰ ਕਾਲ ਕਰ ਲਿਓ, ਨੰਬਰ ਸਕਰੀਨ ਉੱਪਰ ਦਿੱਤੇ ਹੋਏ ਨੇ, ਅਤੇ ਜ਼ਰੂਰ ਇੱਥੇ ਆਪਣੀ ਸਮੱਸਿਆ ਦਾ ਹੱਲ ਲੈ ਕੇ ਆਓ, ਅਤੇ ਜ਼ਰੂਰ ਪਹਿਲੇ ਦਿਨ ਹੀ ਜਿਹੜਾ ਤੁਹਾਨੂੰ ਅਸਰ ਦੇਖਣ ਨੂੰ ਮਿਲੂਗਾ। ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਜੁੜੇ ਰਹੋ ਲਵ ਪੰਜਾਬ ਚੈਨਲ ਦੇ ਨਾਲ। ਧੰਨਵਾਦ।